ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪਰਮਪਾਰ, ਤੁਸੀਂ ਦੇਖ ਰਹੇ ਹੋ ਗੋਲਡਨ ਨਿਊਜ਼, ਹਰ ਖਬਰ ਦਾ ਅਸਰ। ਅੱਜ ਅਸੀਂ ਪਹੁੰਚੇ ਹਾਂ ਨਕੋਦਰ ਦੇ ਬੱਸ ਸਟੈਂਡ ਦੇ ਵਿੱਚ, ਜੋ ਕਿ 28/2/1971 ਦੀ ਇਹਦੀ ਨੀਂਹ ਰੱਖੀ ਗਈ ਸੀ, ਜੋ ਇਹਦੀ ਰਿਪੇਅਰ ਕੀਤੀ ਗਈ ਸੀ, ਪਰ ਉਸ ਤੋਂ ਬਾਅਦ ਇਹਦਾ ਕੋਈ ਵੀ ਰਿਪੇਅਰਿੰਗ ਦਾ ਨਹੀਂ ਕੀਤਾ ਗਿਆ, ਨਾ ਇਹਦਾ ਵੱਲ ਧਿਆਨ ਦਿੱਤਾ ਗਿਆ। ਉਹ ਤੁਹਾਨੂੰ ਦੇਖ ਰਹੇ ਹੋ ਤਸਵੀਰਾਂ ਅੰਦਰ ਦੀਆਂ, ਜੋ ਛੱਤ ਦਾ ਬਹੁਤ ਬੁਰਾ ਹਾਲ ਇਹਦਾ ਹੈ, ਔਰ ਜੋ ਕਿ ਬਾਹਰ ਲਿਖਿਆ ਵੀ ਹੋਇਆ ਕਿ ਤੁਸੀਂ ਇਸ ਦੇ ਅੰਦਰ ਜੇ ਜਾਓਗੇ, ਇਹਦੇ ਅੰਦਰ ਜਾਓਗੇ ਤਾਂ ਬਹੁਤ ਖਸਤਾ ਹਾਲਤ ਨੇ, ਔਰ ਗਿਰ ਵੀ ਛੱਤ ਵੀ ਡਿੱਗ ਸਕਦੀ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਔਰ ਬੱਸ ਸਟੈਂਡ ਦੇ ਅੰਦਰ ਤੁਸੀਂ ਦੇਖੋ ਕਿੰਨਾ ਕੂੜਾ ਕਰਕਟ ਨਜ਼ਰ ਆ ਰਿਹਾ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾਉਣ ਕਿਸ ਤਰ੍ਹਾਂ, ਔਰ ਉੱਪਰ ਤੁਸੀਂ ਛਾਤੀ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੁਰਾ ਹਾਲ ਹੈ ਇਸ ਦੇ ਬੱਸ ਸਟੈਂਡ ਦਾ। ਨਾ ਕਿ ਪ੍ਰਸ਼ਾਸਨ ਵੱਲੋਂ, ਕੁੰਭ ਦੀ ਨੀਂਹ ਅਜੇ ਵੀ ਸੁੱਤੀ, ਪ੍ਰਸ਼ਾਸਨ ਇਹਦੇ ਵੱਲ ਧਿਆਨ ਨਹੀਂ ਦੇ ਰਹੀ। 1971 ਦਾ ਬਣਿਆ ਹੋਇਆ, ਅਜੇ ਤੁਹਾਨੂੰ ਬੋਰਡ ਲੱਗਿਆ ਦਿਖਾ ਸਕਦੇ ਜਿਹਦੇ ਅਸੀਂ ਇਹਦਾ ਨੀਂਹ ਰੱਖੀ ਗਈ ਸੀ, ਉਦਘਾਟਨ ਕੀਤਾ ਗਿਆ ਸੀਗਾ। ਦੇਖੋ, ਮਾਨਯੋਗ ਦਰਬਾਰਾ ਸਿੰਘ ਜੀ ਵੱਲੋਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਮਿਤੀ 28/2/1971 ਨੂੰ ਆਪਣੇ ਕਾਰਕ੍ਰਮ ਨਾਲ ਇਹਦਾ ਉਦਘਾਟਨ ਕੀਤਾ ਸੀਗਾ। ਕਿੰਨੀ ਸ਼ਰਮ ਦੀ ਗੱਲ ਹੈ ਪ੍ਰਸ਼ਾਸਨ ਵਾਸਤੇ ਕਿ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਔਰ ਤੁਹਾਨੂੰ ਦਿਖਾਉਣੇ ਕਿ ਬੱਸ ਜਿਹੜੇ ਪੰਜਾਬ ਰੋਡਵੇ ਦਾ ਦਫ਼ਤਰ ਹੈ, ਉਹ ਵੀ ਕਿੰਨੇ ਰੱਬ ਆਸਰੇ ਚੱਲ ਰਿਹਾ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਰੱਬ ਆਸਰੇ ਹੀ ਚੱਲ ਰਿਹਾ, ਕਿਉਂਕਿ ਛੱਤ ਜਿਹੜੀ ਹੈ ਉਹ ਖੁਦ ਡਿੱਗ ਰਹੀ ਹੈ। ਕੀ ਸਰਕਾਰ ਇਹਨਾਂ ਨੂੰ ਕੋਈ ਸਹੂਲਤ ਦੇ ਰਹੀ ਹੈ? ਸਾਨੂੰ ਪਤਾ ਲੱਗਿਆ ਕਿ ਇਹਦੇ ਬੱਸ ਸਟੈਂਡ ਦੇ ਅੰਦਰ ਜਿਹੜੇ ਸਫਾਈ ਕਰਮਚਾਰੀ ਰੱਖੇ ਹੋਏ ਨੇ, ਉਹ ਖੁਦ ਹੀ ਕੂੜਾ ਕਰਕਟ ਇੱਥੇ ਗੰਦ ਪਾ ਰਹੇ ਨੇ। ਤਾਂ ਅਸੀਂ ਇਹਦੇ ਤੁਹਾਨੂੰ ਬਾਅਦ ਇਹਦੀ ਤਸਵੀਰ ਦਿਖਾ ਦਿੰਦੇ ਹਾਂ ਕਿ ਕੀ ਹਾਲਾਤ ਨੇ ਇਸ ਦੇ, ਕਿੰਨੇ ਖਸਤਾ ਹਾਲ ਦੇ। ਆਫਿਸ ਵੱਲ ਦੇਖ ਸਕਦੇ ਹੋ, ਇਹ ਕਰਤਾਰ ਬੱਸ ਪ੍ਰਿੰਸ ਬੱਸ ਵਾਲਿਆਂ ਦਾ ਦਫ਼ਤਰ ਹੈ, ਔਰ ਮੈਂ ਮੇਰੇ ਨਾਲ ਵੀ ਨੇ ਪ੍ਰਿੰਸ ਬੱਸ ਦਫ਼ਤਰ ਵਾਲਿਆਂ ਨੇ, ਕਰਤਾਰ ਵਾਲੇ, ਉਹਨੂੰ ਪੁੱਛੂਗਾ ਕੀ ਹਾਲ ਅਤੇ ਕਿੰਨਾ ਕੁ ਚਿਰ ਹੋ ਗਿਆ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਰ, ਕਿੰਨਾ ਚਿਰ ਹੋ ਗਿਆ ਤੁਸੀਂ, ਮਤਲਬ ਜਾਨ, ਜਿਹੜੇ ਲੋਕਾਂ ਦੀ ਜਾਨ ਦੀ ਖਤਰਾ ਹੈ? ਹਾਂਜੀ, ਇੱਕ ਰਹਿ ਆਦਮੀ ਇੱਥੇ ਪਿਆ ਵੀ ਹੋ ਗਈ, ਜਾਨ ਜਾ ਚੁੱਕੀ ਆ, ਬਾਕੀ ਆ ਤੁਸੀਂ ਦੇਖ ਹੀ ਰਹੇ, ਕਹਿ ਵੀ ਚੁੱਕੇ ਆ, ਪਰ ਕੋਈ ਨਹੀਂ ਸਾਡੀ ਗੱਲ ਕਹਿ ਰਹੇ। ਜਿਹੜੇ ਕੰਮ ਨਹੀਂ ਕਰਦੇ ਸਫਾਈ ਵਾਲੇ, ਉਹਨਾਂ ਨੂੰ ਕਹੀਦਾ, ਉਹ ਗਾੜੀ ਕਹਿੰਦੇ ਸਾਨੂੰ ਕੁਛ ਨਹੀਂ ਪਤਾ, ਇੱਦਾਂ ਸੁੱਟ ਸੁੱਟ ਕੇ ਚੱਲ ਜਾਂਦੇ, ਜਿੱਦਾਂ ਤੁਸੀਂ ਆ ਦੇਖਿਆ, ਸੁਣਦੇ ਨਹੀਂ ਹੈਗੇ। ਜੋ ਠੇਕੇਦਾਰ ਹੈ, ਜੋ ਵੀ ਜੋ ਸਫਾਈ ਕਰਮਚਾਰੀ ਨੇ, ਕਿ ਉਹ ਪ੍ਰੋਪਰ ਤਰੀਕੇ ਨਾਲ ਸਫਾਈ ਨਹੀਂ ਕਰ ਪਾਉਂਦੇ? ਨਹੀਂ ਕਰਦੇ। ਵੈਸੇ ਤਾਂ ਮੋਦੀ ਸਰਕਾਰ ਕਹਿ ਕੇ ਡਿਜੀਟਲ ਇੰਡੀਆ ਬਣਾਉਣਾ ਹੈ, ਉਸਨੂੰ ਸਵੱਸਥ ਭਾਰਤ ਨਾਲ, ਅਭਿਮਾਨ ਨਾਲ ਜੋੜਿਆ ਜਾਂਦਾ, ਸਵੱਸਥ ਬਣਾਇਆ ਜਾਏਗਾ, ਕੋਈ ਸਫਾਈ ਦਾ ਵਿਭਾਗ ਕੀਤਾ ਜਾਏਗਾ, ਤਾਂ ਤੁਹਾਡਾ ਕੀ ਕਹਿਣਾ ਜੀ? ਮੇਰੇ ਹਿਸਾਬ ਨਾਲ ਯਾਰ, ਡਿਜੀਟਲ ਇੰਡੀਆ ਵਾਲੀ ਕੋਈ ਗੱਲ ਹੈਗੀ, ਕਰਨਾ ਤਾਂ ਚਲੋ ਮੋਦੀ ਸਾਹਿਬ ਜੀ ਮਾੜਾ ਨਹੀਂ ਕਹਿ ਰਹੇ, ਪਰ ਕਰਨਾ ਤਾਂ ਜਿਹੜੀ ਇੱਥੋਂ ਰੱਖੇ ਆ ਜਾਂ ਕੋਈ ਆਪਣਾ ਵਾ ਮੇਨ ਆ, ਉਹਨਾਂ ਨੇ ਕਰਨਾ, ਉਹਨਾਂ ਨੂੰ ਕਹਿ ਰਹੇ, ਉਹਦੇ ਕਹਿਣ ਦੇ ਬਾਵਜੂਦ ਨਹੀਂ ਕਰਦੇ। ਬੱਸ ਸਟੈਂਡ ਜਦੋਂ ਬਾਰਿਸ਼ ਆਉਂਦੀ ਹੈ, ਉਦੋਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੋਏਗੀ, ਬਹੁਤ 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 ਬੁਰਾ ਹਾਲ ਹੁੰਦਾ ਜੀ। ਇਹ ਤੁਸੀਂ ਭਾਈ ਉਸ ਗੱਲ ਸੁਣਿਆ ਕਿ ਇਹ ਸੀਗੇ ਕਰਤਾਰ ਬੱਸ ਪ੍ਰਿੰਸ ਬੱਸ ਵਾਲੇ, ਜੋ ਕਿ ਸਾਨੂੰ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਇੱਥੇ ਸਫਾਈ ਕਰਮਚਾਰੀ ਵੀ ਉਹ ਇਹਦਾ ਪੂਰਾ ਨਹੀਂ ਧਿਆਨ ਰੱਖ ਰਹੇ, ਕਿ ਉਹ ਖੁਦ ਆ ਕੇ ਪਾ ਰਹੇ ਨੇ ਕਾਗਜ਼। ਅੱਜ ਤੁਹਾਨੂੰ ਦਿਖਾਉਂਦੇ ਅੱਗੇ ਤਸਵੀਰਾਂ, ਹੋਰ ਵੀ ਕਾਫੀ ਤਸਵੀਰਾਂ ਨੇ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾਈ ਜਾਣ ਕਿਸ ਤਰ੍ਹਾਂ ਗੰਦ ਕੂੜਾ ਕਰਕਟ, ਔਰ ਇੱਥੇ ਜੋ ਕਿ ਬਾਥਰੂਮਾਂ ਦਾ ਵੀ ਪ੍ਰਬੰਧ ਕੀਤਾ ਗਿਆ, ਪਰ ਇੱਥੇ ਜਿਹੜੇ ਹਾਲਾਤ ਨੇ, ਦੇਖੋ ਕੀ ਹਾਲ ਇਸ ਬੱਸ ਸਟੈਂਡ ਦਾ ਬਣਿਆ ਹੋਇਆ। ਔਰ ਇੱਥੇ ਸਭ ਤੋਂ ਵੱਡੀ ਗੱਲ ਦੱਸ ਦਈਏ ਕਿ ਬੱਸ ਸਟੈਂਡ ਦੇ ਜਿਹੜੀਆਂ ਐਂਟਰੀਆਂ ਨੇ, ਐਂਟਰੀਆਂ 'ਤੇ ਵੀ ਬਹੁਤ ਦਿੱਕਤ ਆ ਰਹੀ ਹੈ। ਜਦੋਂ ਬਾਰਿਸ਼ ਦਾ ਪਾਣੀ ਖੜ ਜਾਂਦਾ ਤਾਂ ਸਵਾਰੀਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ, ਨਾ ਉਹ ਕਿਤੇ ਲੰਘ ਸਕਦੀਆਂ ਨੇ, ਨਾ ਉਹ ਕਿਤੇ ਬੱਸ 'ਤੇ ਜਾ ਸਕਦੀਆਂ ਨੇ। ਔਰ ਜਿਸ ਤਰ੍ਹਾਂ ਬੱਸ ਦੇ ਅੰਦਰ ਲਿਖਿਆ ਹੁੰਦਾ, ਸਵਾਰੀ ਆਪ ਆਪਣੇ ਸਮਾਨ ਦੀ ਜ਼ਿੰਮੇਵਾਰੀ ਹੈ, ਤਾਂ ਮੇਰੇ ਹਿਸਾਬ ਨੂੰ ਸਰਕਾਰ ਪ੍ਰਸ਼ਾਸਨ ਨੂੰ ਲਿਖ ਕੇ ਲਾ ਦੇਣਾ ਚਾਹੀਦਾ ਹੈ ਕਿ ਜਿਹੜੇ ਲੋਕ ਨੇ, ਜਨਤਾ ਆਪ ਆਪਣੇ ਵਾਹਨਾਂ ਦੀ ਜ਼ਿੰਮੇਵਾਰ ਹੋਏਗੀ। ਤਾਂ ਉਹ ਤੁਹਾਨੂੰ ਦਿਖਾਵਾਂਗੇ, ਐਂਟਰੀਆਂ 'ਤੇ ਵੀ ਦਿਖਾਵਾਂਗੇ, ਔਰ ਲੋਕਾਂ ਦੇ ਵਿਊ ਵੀ ਲਵਾਂਗੇ, ਕੀ ਨੇ ਕੀ ਕਾਰਨ ਹੈ ਕਿ ਕਿਉਂ ਨਹੀਂ ਸਰਕਾਰ ਇਸਦਾ ਪੱਲਾ ਫੜ ਰਹੀ, ਔਰ ਕਿਉਂ ਸਰਕਾਰ ਕਿਉਂ ਨਹੀਂ ਬਣਾ ਰਹੀ। ਔਰ ਅੱਗੇ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਦਿਖਾਈਆਂ ਤਸਵੀਰਾਂ ਦਿਖਾ ਚੁੱਕੇ ਹਾਂ ਬੱਸ ਸਟੈਂਡ ਦੀਆਂ, ਔਰ 1971 ਦਾ ਬਣਿਆ ਹੋਇਆ, ਅੱਜ ਤੱਕ ਕੋਈ ਇਹਦਾ ਹੱਲ ਨਹੀਂ ਹੋ ਰਿਹਾ। ਤਾਂ ਆਪਾਂ ਜਿਹੜੇ ਸਵਾਰੀਆਂ ਨੇ ਆਪਾਂ ਦੇਖਦੇ ਹਾਂ, ਉਹਨਾਂ ਦੇ ਪੁੱਛਾਂਗੇ। ਸਤਿ ਸ਼੍ਰੀ ਅਕਾਲ ਜੀ, ਇਹ ਤੁਸੀਂ ਬੱਸ ਸਟੈਂਡ ਜਦੋਂ ਆਉਂਦੇ ਹੋ, ਤਕਲੀਫ ਤਾਂ ਹੁਣ ਖੜ੍ਹਨ ਨੂੰ ਜਗ੍ਹਾ ਨਹੀਂ ਖਤਰੇ ਦਾ, ਔਰ ਸਾਡੇ ਨਾਲ ਭਾਈ ਜੀ ਖੜ੍ਹੇ ਨੇ, ਭਾਈ ਜੋ ਬੋਰਡ ਲੱਗਿਆ ਹੈ ਸੱਚ ਮੁੱਚ ਖਤਰ ਲਿਖਿਆ ਹੋਇਆ ਕਿ ਤੁਸੀਂ ਇੱਥੇ, ਡਰ ਨਹੀਂ ਲੱਗਦਾ ਜੀ? ਲੱਗਦਾ, ਬਿਲਕੁਲ ਲੱਗਦਾ ਵਾ ਜੀ। ਹੁਣ ਮੀਂਹ ਕਣੀ ਦੇ ਵਿੱਚ ਜਾਣ ਨੂੰ ਜਗ੍ਹਾ ਖੜ੍ਹਨ ਨੂੰ ਹੋਰ ਕੋਈ ਹੈ ਨਹੀਂ, ਧੁੱਪ ਜਿਹਾ ਕਿੱਥੇ ਖੜ੍ਹਨਾ ਵਾ, ਮਜ਼ਬੂਰੀ ਨੂੰ ਖੜ੍ਹਨਾ ਪੈਣਾ ਇੱਥੇ। ਇਸ ਕਰਕੇ ਇਹ ਕਈ ਵਾਰੀ ਕਹਿ ਵੀ ਚੁੱਕੇ ਆ, ਬਿਲਡਿੰਗ ਦਾ ਬਣਦਾ, ਇਹ ਬਣਦਾ ਆਉਂਦੇ ਨਹੀਂ, ਕੋਈ ਗੌਰ ਨਹੀਂ ਕਰੀ ਸਰਕਾਰ। ਵੈਸੇ ਜਿਸ ਤਰ੍ਹਾਂ ਬੋਰਡ ਅੰਦਰ ਲੱਗਿਆ, 1971 ਦਾ ਹੀ ਇਹ ਬਣਿਆ ਹੋਇਆ, ਉਸ ਤੋਂ ਬਾਅਦ ਕੋਈ ਰਿਪੇਅਰ ਹੋਈ ਨਹੀਂ? ਕੋਈ ਰਿਪੇਅਰ ਨਹੀਂ ਇਹਦੀ ਹੋਈ ਜੀ, ਉਸ ਤੋਂ ਅੱਡਾ ਅੱਡੀ ਰਿਪੇਅਰ ਹੋਇਆ ਕਿਸੇ ਪਾਸਿਓ ਵੀ, ਉਹ ਤਾਂ ਕੋਈ ਦੇਖੋ ਪੰਜਾਬ ਨੂੰ ਪੰਜਾਣੇ ਹਲ ਕੇ ਪਰਚੀ ਵੀ ਦਿੰਦੇ, ਅੱਡਾ ਫੀਸ ਪਰਚੀ ਵੀ ਦਿੰਦੇ ਆ, ਬੱਸਾਂ ਸੰਘ ਹੋ ਜਾਂਦੇ ਆ, ਫਿਰ ਨਹੀਂ ਇਹਦੀ ਰਿਪੇਅਰ ਹੋ ਰਹੀ। ਇੱਥੇ ਸੁਣਨ 'ਚ ਆਇਆ ਕਿ ਸਫਾਈ ਕਰਮਚਾਰੀ ਖੁਦ ਜਿਹੜੇ ਗੰਦ ਖੁਦ ਅੰਦਰ ਜਾ ਪਾ ਰਿਹਾ, ਕੂੜਾ ਜੋ ਇੰਨਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ, ਚਾਰ ਚੁਫੇਰੇ ਕੂੜਾ, ਕੋਈ ਸਫਾਈ ਦਾ ਸਾਹਮਣੇ ਹੀ ਆ, ਦੇਖ ਲਓ ਕਿੰਨੀ ਕੁ ਸਫਾਈ ਹੈ ਇੱਥੇ, ਅੱਡੇ ਦੇ ਵਿੱਚ ਕਿੰਨੀ ਕੁ ਸਫਾਈ ਹੈ, ਕਿੰਨਾ ਕਹਿੰਦਾ ਸਭ ਕੁਝ ਦੀਦੇ ਹੀ ਸਾਰਿਆਂ ਨੂੰ, ਪਰ ਨਹੀਂ ਸਰਕਾਰ ਦੇਖਦੀ ਇਸ ਬਾਰੇ।
ਜਿਹਨਾਂ ਨੂੰ ਕੁਦਰਤੀ ਪ੍ਰਸ਼ਾਸਨ ਹੈ ਜਿਹੜਾ ਉਹ ਇੱਥੇ ਕਰਦੀ ਹੈ, ਧਿਆਨ ਦੇ ਰਹੀ ਹੈ ਕਿ ਨਹੀਂ ਦੇ ਰਹੀ ਤੁਹਾਡੇ ਹਿਸਾਬ ਨਾਲ? ਜਿੰਨਾ ਕੁ ਪ੍ਰਸ਼ਾਸਨ ਨੇ ਧਿਆਨ ਦੇਣਾ ਦੇਣਾ ਹੀ ਆ, ਹੁਣ ਮਤਲਬ ਕਿ ਜੇ ਇਹਨਾਂ ਕੋਲ ਵੀ ਕੋਈ ਗ੍ਰਾਂਟ ਗਰੂੰਟ ਆਊਗੀ ਉਹ ਕਹਿੰਦੇ ਅਸੀਂ ਵੀ ਤਾਂ ਹੀ ਉਹਨੂੰ ਬਣਾਵਾਂਗੇ ਇੱਦਾਂ ਕੁਛ, ਇਹ ਚੱਕਰ ਹੈ ਪਿੱਛੇ ਜੀ। ਇਸ ਤਰ੍ਹਾਂ ਆਪਾਂ ਗੱਲ ਸੁਣਿਆ ਕਿ ਪ੍ਰਸ਼ਾਸਨ ਬਹੁਤ ਜ਼ਿਆਦਾ ਗਹਿਰੀ ਨਹੀਂ ਸੌਂ ਰਹੀ ਹੈ ਕਿ ਇਹਦਾ ਵੱਲ ਕੋਈ ਦੇਖ ਨਹੀਂ ਰਹੀ। ਆਓ ਤੁਹਾਨੂੰ ਹੋਰ ਦਿਖਾਉਂਦੇ ਹਾਂ ਅੱਗੇ ਬੱਸ ਸਟੈਂਡ ਦਾ ਹਾਲ। ਜਿਸ ਤਰ੍ਹਾਂ ਕਿ ਬੱਸ ਸਟੈਂਡ ਦੇ ਵਿੱਚ ਤੁਸੀਂ ਦੇਖ ਜਦੋਂ ਬਾਰਿਸ਼ ਆਉਂਦੀ ਹੈ ਤਾਂ ਨਾਕਾਮੀ ਦੇ ਕਾਰਨ ਇੱਥੇ ਦੇਖ ਸਕਦੇ ਹੋ ਕੋਈ ਸਫਾਈ ਦਾ ਨਹੀਂ ਹੈ, ਔਰ ਬੱਸ ਸਟੈਂਡ ਦੇ ਜੋ ਆਪਾਂ ਐਂਟਰੀ ਦੀ ਗੱਲ ਕਰੀਏ ਤਾਂ ਲੋਕ ਕਾਫੀ ਇੱਥੋਂ ਆਵਾਜਾਈ ਹੈ ਔਰ ਐਂਟਰੀ ਵੀ ਬਹੁਤ ਮੁਸ਼ਕਲ ਹੋ ਸਕਦੀ ਹੈ। ਆਓ ਤੁਹਾਨੂੰ ਅੱਗੇ ਦਿਖਾਉਂਦੇ ਇਹ ਤੁਸੀਂ ਦੇਖ ਸਕਦੇ ਹੋ, ਤਸਵੀਰਾਂ ਵੀ ਦੇਖ ਸਕਦੇ ਹੋ ਬੱਸ ਸਟੈਂਡ ਦੇ ਪਿਛਲੀ ਸਾਈਡ ਦੇ ਜਿੱਥੋਂ ਐਂਟਰੀ ਵੀ ਬੱਸਾਂ ਦੀ ਐਂਟਰੀ ਵੀ ਹੁੰਦੀ ਹੈ ਔਰ ਜਿੱਥੋਂ ਟੈਂਪੂ ਵੀ ਲੰਘਦੇ ਨੇ, ਜਿੱਥੋਂ ਸਵਾਰੀਆਂ ਵੀ ਆਪਣੀ ਗੱਡੀਆਂ ਲੈ ਕੇ ਲੰਘਦੇ ਨੇ ਔਰ ਇੱਥੋਂ ਜਿਹੜੇ ਆਟੋ ਵੀ ਲੰਘਦੇ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ। ਜਦੋਂ ਬਾਰਿਸ਼ ਹੁੰਦੀ ਹੈ ਤਾਂ ਦੇਖੋ ਖੱਡੇ, ਤੁਸੀਂ ਖੁਦ ਦੇਖ ਸਕਦੇ ਹੋ ਤਸਵੀਰਾਂ, ਮੈਂ ਕਹੂੰਗਾ ਕੈਮਰਾਮੈਨ ਨੂੰ ਵੀ ਤਸਵੀਰਾਂ ਦਿਖਾਈਆਂ ਜਾਣ ਕਿਸ ਤਰ੍ਹਾਂ ਖੱਡੇ ਪਏ ਹੋਏ ਨੇ ਔਰ ਕਿਸ ਤਰ੍ਹਾਂ ਇੱਥੇ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ। ਜਿਸ ਤਰ੍ਹਾਂ ਅੱਗੇ ਪਹਿਲਾਂ ਵੀ ਮੈਂ ਕਹਿ ਕੇ ਲਿਖਿਆ ਹੁੰਦਾ ਬੱਸ ਅੰਦਰ ਲਿਖਿਆ, ਤੁਸੀਂ ਦੇਖਿਆ ਹੋਣਾ ਕਿ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ। ਇੱਥੇ ਆਪਾਂ ਕਹਿ ਸਕਦੇ ਹਾਂ ਪ੍ਰਸ਼ਾਸਨ ਨੂੰ ਲਿਖ ਕੇ ਬੋਰਡ ਲਾਉਣਾ ਚਾਹੀਦਾ ਕਿ ਜਨਤਾ ਆਪਣੇ ਵਾਹਨ ਦੀ ਖੁਦ ਜ਼ਿੰਮੇਵਾਰ ਹੋ ਸਕਦੀ ਹੈ, ਕਿਉਂਕਿ ਇੱਥੇ ਬਾਰਿਸ਼ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਖੱਡਿਆਂ ਪਾਣੀ ਦੇਖਿਆ ਜਾਂਦਾ। ਇੱਥੇ ਨਾ ਤਾਂ ਪ੍ਰਸ਼ਾਸਨ ਕੁਛ ਕਰ ਰਿਹਾ ਨਾ ਇਹਦੇ ਬਾਰੇ ਹੋ ਰਿਹਾ। ਅਤੇ ਆਪਾਂ ਇੱਥੋਂ ਤੁਸੀਂ ਦੇਖ ਸਕਦੇ ਹੋ ਨਾਲ ਹੀ ਸੇਵਾ ਕੇਂਦਰ ਹੈ, ਇੱਥੋਂ ਲੋਕ ਜਦੋਂ ਸੇਵਾ ਕੇਂਦਰ ਆਪਾਂ ਦੇਖਦੇ ਰੋਡ ਦੇ ਨਾਲ ਸੇਵਾ ਕੇਂਦਰ ਹੈ, ਉੱਥੋਂ ਲੋਕ ਕੰਮ ਕਰ ਆਪਣਾ ਕੰਮ ਕਰਾਉਣ ਆਉਂਦੇ ਨੇ ਜੋ ਕੋਈ ਵੀ ਕੰਮ ਹੁੰਦਾ, ਤਾਂ ਉੱਥੋਂ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਨਤਾ ਨੂੰ। ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਬਾਕੀ ਆਪਾਂ ਗੱਲਬਾਤ ਕਰਾਂਗੇ ਅਸੀਂ ਗੱਲ ਜੀ, ਇਹ ਜਿਹੜਾ ਜਿਸ ਤਰ੍ਹਾਂ ਬਾਰਿਸ਼ ਆਉਂਦੀ ਤਾਂ ਇੱਥੇ ਕਿੱਦਾਂ ਕਿੱਦਾਂ ਮੁਸੀਬਤ ਚੱਲਣੀ ਪੈਂਦੀ? ਇਹ ਬਹੁਤ ਮੁਸੀਬਤ ਚੱਲਣੀ ਪੈਂਦੀ, ਪਾਣੀ ਬਹੁਤ ਖੜਾ ਰਹਿੰਦਾ ਜਿੱਦਾਂ। ਇਹ ਕਿੰਨਾ ਸਮਾਂ ਹੋ ਗਿਆ ਜੀ ਇੱਥੇ? ਠੀਕ ਹੈ, ਕੋਈ ਧਿਆਨ ਦੇ ਰਹੀ ਸਰਕਾਰ ਜੀ? ਨਹੀਂ ਨਹੀਂ, ਸਰਕਾਰ ਕੋਈ ਧਿਆਨ ਨਹੀਂ ਦੇ ਰਹੀ, ਵੱਡੇ ਹਾਲ ਤੇ ਕੋਈ ਧਿਆਨ ਨਹੀਂ ਦੇ ਰਿਹਾ। ਤੁਸੀਂ ਇੱਥੇ ਕੀ ਕਰਦੇ ਹੋ? ਮੈਂ ਡਰਾਈਵਰੀ ਹਾਂ, ਟੈਂਪੂ ਚਲਾਉਂਦਾ ਜੀ। ਅੱਛਾ, ਟੈਂਪੂ ਜਦੋਂ ਲਿਜਾਉਂਦੇ ਹੋ ਤਾਂ ਮੇਰੇ ਹਿਸਾਬ ਨੂੰ ਤੁਹਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ। ਬਹੁਤ ਜ਼ਿਆਦਾ ਜੀ, ਇੱਥੇ ਟੁੱਟ ਜਾਂਦਾ, ਕਈ ਵੇਲੇ ਸਪੈਨਰ ਟੁੱਟ ਜਾਂਦਾ, ਐਕਸਲ ਟੁੱਟ ਜਾਂਦੇ ਆ, ਉੱਚਾ ਨੀਵਾਂ ਥਾਂ, ਜਗ੍ਹਾ ਬਹੁਤ ਆ, ਠੀਕ ਹੈ ਨਾ। ਇੱਥੇ ਟੈਂਪੂ ਵਾਲੇ ਦਾ ਕਹਿਣ ਦਾ ਵੀ ਮਤਲਬ ਇਹ ਹੈ ਕਿ ਸਾਡੇ ਜਦੋਂ ਅਸੀਂ ਟੈਂਪੂ ਇੱਥੇ ਲਗਾਉਂਦੇ ਹਾਂ ਤਾਂ ਖੱਡੇ ਇੰਨੇ ਜ਼ਿਆਦਾ ਡੂੰਘੇ ਨੇ ਕਿ ਉਹ ਜਿਹੜਾ ਐਕਸਲ ਵਗੈਰਾ ਵੀ ਸਾਡਾ ਟੁੱਟ ਜਾਂਦਾ, ਤਾਂ ਤੁਸੀਂ ਆਪ ਸਾਹਿਬ ਲਾ ਸਕਦੇ ਹੋ ਇੱਥੇ ਸਵਾਰੀਆਂ ਵੀ ਕਿਸ ਤਰ੍ਹਾਂ ਆਉਂਦੀਆਂ ਹੋਣਗੀਆਂ, ਉਹ ਵੀ ਡਰਦੀਆਂ ਜਿਹੜੀਆਂ ਟੈਂਪੂ ਦਾ ਜਿਹੜਾ ਰੋਜ਼ਗਾਰ ਉਹ ਵੀ ਇੱਥੇ ਸਮਾਪਤ ਖਤਮ ਹੋਣ ਵਾਲੀ ਗੱਲ ਕਹਿ ਸਕਦੇ ਹਾਂ ਇੱਥੇ। ਅੱਗੇ ਆਪਾਂ ਗੱਲ ਕਰਾਂਗੇ, ਸਾਡੇ ਨਾਲ ਹੋਰ ਸੱਜਣ ਨੇ ਜਿਹੜੇ ਟੈਂਪੂ ਪਰ ਚਲਾਉਂਦੇ ਨੇ, ਇਹ ਮੇਨ ਕਰਕੇ ਟੈਂਪੂ ਦਾ ਅੱਡਾ ਵੱਜਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਟੈਂਪੂ ਦਾ ਅੱਡਾ ਵੱਜਦਾ ਜੀ? ਹਾਂਜੀ ਹਾਂਜੀ। ਬੱਸ ਸਟੈਂਡ ਦੇ ਪਿੱਛੇ ਟੈਂਪੂ ਦਾ ਅੱਡਾ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸੜਕ ਦਾ ਬੁਰਾ ਹਾਲ ਹੈ, ਬਾਰਿਸ਼ ਹੁੰਦੀ ਤਾਂ ਕੀ ਹਾਲ ਹੁੰਦਾ? ਬਹੁਤ ਚੱਕੜ ਹੁੰਦਾ ਜੀ, ਬਹੁਤ ਕੁਛ। ਤੁਸੀਂ ਇੱਥੇ ਕੀ ਕਰਦੇ ਹੋ ਜੀ? ਅਸੀਂ ਕੁਛ ਨਹੀਂ ਕਰਦੇ, ਅਸੀਂ ਚੱਲੇ ਇੱਧਰ ਆਪਣੇ ਨੂਰ ਮਹਿਲ। ਅੱਛਾ, ਆਦਿ ਕੋਈ ਅੱਡੇ ਅਤੇ ਪਰੇਸ਼ਾਨੀ ਤਾਂ ਬਹੁਤ ਹੁੰਦੀ ਹੋਗੀ ਜੀ? ਬਹੁਤ ਜੀ, ਬਹੁਤ ਪਰੇਸ਼ਾਨੀ ਹੁੰਦੀ। ਹਾਂਜੀ ਅੰਕਲ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡਾ ਟੈਂਪੂ ਦਾ ਨੁਕਸਾਨ ਹੁੰਦਾ ਕਿ ਨਹੀਂ? ਕੀ ਕਹਿਣਾ ਚਾਹੋਗੇ? ਕੰਮ ਕੀ ਕਹਿਣਾ ਚਾਹੋਗੇ? ਦੁਕਾਨ ਵੈਸੇ ਤਾਂ ਕਹਿੰਦੇ ਹਾਂ ਵੀ ਅੱਜ ਚੱਕੜ ਹੈ ਤਾਂ ਹਟਾਵੇ ਤਾਰ ਦਾ। ਚਲਾਉਂਦੇ ਨੇ ਡਰਾਈਵਰ ਸਾਡੇ ਨਾਲ ਨੇ, ਉਹਨਾਂ ਨੂੰ ਕੀ ਪਰੇਸ਼ਾਨੀ ਆਉਂਦੀ ਹੈ? ਸਰ ਤੁਸੀਂ ਦੱਸੋ ਕਿ ਜਦੋਂ ਇੱਥੇ ਬਾਰਿਸ਼ ਪੈ ਜਾਂਦੀ ਹੈ ਜਾਂ ਤੁਸੀਂ ਹੁਣ ਦੇਖ ਲਓ ਸੜਕ ਵੈਸੀ ਟੁੱਟੀ ਤਾਂ ਕੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ? ਬਹੁਤ ਜ਼ਿਆਦਾ ਪਰੇਸ਼ਾਨੀ ਇੱਥੇ, ਜੋ ਆਪਣੇ ਆਉਂਦੇ ਆ ਕੋਈ ਸਵਾਰੀ ਉਤਰਦੀ ਆ, ਜੁੱਤੀਆਂ ਲਾ ਕੇ ਹੱਥ 'ਚ ਫੜ ਕੇ ਬਾਹਰ ਨੂੰ ਜਾਣਾ ਪੈਂਦਾ, ਇੰਨੀ ਪਰੇਸ਼ਾਨੀ ਆ। ਗਊਸ਼ਾਲਾ ਕੋਲ ਆ, ਗੋਹਾ ਰੁੜ ਕੇ ਸਾਰਾ ਅੰਦਰ ਆ ਜਾਂਦਾ। ਪਾਣੀ ਦੇ ਲਓ ਆਪਣੇ, ਤੁਹਾਡੇ ਬਹੁਤ ਜ਼ਿਆਦਾ ਆ ਇੱਥੇ, ਦੇਖ ਲਓ ਤੁਸੀਂ ਹੁਣ ਵੀ ਆ, ਤਿੰਨ ਚਾਰ ਦਿਨ ਹੋ ਗਏ ਮੀਂਹ ਪੈਣ ਨੂੰ, ਇੰਨਾ ਪਾਣੀ ਹੈ ਖੱਡਾ, ਹਾਲੇ ਵੀ ਖੜਾ ਵਾ, ਕੋਈ ਨਿਕਾਸ ਨਹੀਂ ਪਾਣੀ ਦਾ। ਅਤੇ ਸਵਾਰੀਆਂ ਨੂੰ ਵੀ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ? ਸਵਾਰੀਆਂ ਜਾਂਦੀਆਂ ਜੁੱਤੀ ਹੱਥ 'ਚ ਫੜ ਕੇ ਨੰਗੇ ਪੈਰੀ, ਹੁਣ ਕਹਿਣਾ ਬੂਟ ਕਾਹਨੂੰ 500 ਦੇ ਖਰਾਬ ਕਰਨੇ, ਇੱਥੇ ਸਭ ਗਾਰੇ ਨਾਲ ਭਰ ਜਾਂਦੇ ਆ। ਤੁਸੀਂ ਹੁਣ ਵੀ ਦੇਖ ਸਕਦੇ ਪਾਣੀ ਇਸ ਵੇਲੇ ਹਾਲੇ ਵੀ ਖੜਾ ਵਾ। ਜਿਸ ਤਰ੍ਹਾਂ ਅੰਦਰ ਬੋਰਡ ਦੀ ਗੱਲ ਕਰੀ, ਬੋਰਡ 'ਚ ਲਿਖਿਆ ਹੋਇਆ ਕਿ 1971 ਦਾ ਹਾਲ ਬੱਸ ਸਟੈਂਡ ਵੀ ਬਣਿਆ ਹੋਇਆ, ਇੰਨਾ ਹਾਂ ਉਹਦੀ ਹਾਲਤ ਜਿਹੜੀ ਹੈ ਖਸਤਾ ਹੋਈ ਪਈ ਹੈ, ਕੀ ਉਹ ਰਿਪੇਅਰ ਦੁਬਾਰਾ ਹੋਇਆ ਕਿ ਨਹੀਂ? ਹਾਂ ਜੀ, ਕਦੀ ਨਹੀਂ ਹੋਇਆ। ਉਹ ਤਾਂ ਡੇਕੇ ਉਹਦੀ ਛੱਤ ਬੰਦਾ ਵੀ ਮਰ ਚੁੱਕਾ ਦਾ, ਉਹਦਾ ਕਈ ਵਾਰੀ ਉੱਥੇ ਥੜੇ ਉੱਤੇ ਬੰਦਾ ਬੈਠਾ ਹੋਵੇ ਉੱਪਰ ਥਾੜ ਕਰਦਾ ਸੀਮਟ ਡਿੱਗਦਾ ਹੈ, ਇੱਕ ਮਰ ਵੀ ਚੁੱਕਾ ਵੀ ਹੋ ਗਿਆ ਸਾਲ ਕੁ, ਉੱਥੇ ਛੱਤ ਜਾ ਕੇ ਦੇਖੋ ਉੱਥੇ ਸੀਮਟ ਪਲਸਤਰ ਕੀਤਾ, ਉਹ ਥੱਲੇ ਡਿੱਗ ਪਿਆ, ਬੰਦਾ ਮਰ ਗਿਆ। ਕੋਈ ਸੁਧਾਰ ਇੱਥੇ ਕੋਈ ਸੁਧਾਰ ਨਹੀਂ। ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕ ਪਰੇਸ਼ਾਨ ਨੇ ਇਸ ਤੋਂ, ਔਰ ਜਿੱਥੇ ਵੱਡੇ ਵੱਡੇ ਖੱਡੇ ਇੱਥੇ ਦੇਖਣ ਨੂੰ ਮਿਲ ਰਹੇ ਨੇ, ਔਰ ਇੱਥੇ ਜਿਹੜੀ ਪ੍ਰਸ਼ਾਸਨ ਕੋਈ ਵੀ ਇੱਥੇ ਕੰਮ ਨਹੀਂ ਕਰ ਰਹੀ। 1971 ਤੋਂ ਲੈ ਕੇ ਜੇ ਗੱਲ ਕਰੀਏ ਤਾਂ ਕੁਛ ਵੀ ਨਹੀਂ ਇਹਦਾ ਹੋਇਆ।
ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨੂੰ ਕਿ ਜਿਹੜਾ ਇਹ ਇੰਨਾ ਵੱਡਾ ਮੁੱਦਾ, ਇਹਨੂੰ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਨੀਂਦ ਤੋਂ ਉੱਠੇ, ਜਾਗੇ ਔਰ ਇਹਦੇ ਵੱਲ ਧਿਆਨ ਦੇਵੇ। ਕੈਮਰਾਮੈਨ ਦਵਿੰਦਰ ਸੈਮ ਦੇ ਨਾਲ ਪਰਮ ਪਵਾਰ, ਨਕੋਦਰ ਨਿਊਜ਼ ਰਿਪੋਰਟ।